लेवा लूगा बहुत सोहना तैयार कर दी हूँ भाई। 10 दिनों दे पूरा वधिया तैयार कर लू लेवा है। प्रिंट बहुत सोहना कद काठ बहुत वड्डी बैड है लै। हाँ जी सत श्री अकाल जी, स्वागत करते हैं तुहाडा सारयां दा। सो दोस्तों अज आप फिर तुहाडे वास्ते दो गावां लैके आए हैं जी सेल वास्ते। ਤੇ ਸਾਰੀ ਆਪਾਂ ਡਿਟੇਲ ਲੈਨੇ ਆ, ਕੱਲੀ ਕੱਲੀ ਜਾਣਕਾਰੀ ਲੈਨੇ ਆ। ਬਾਈ ਮੇਰੇ ਨਾਲ ਆ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਸਭ ਤੋਂ ਪਹਿਲਾਂ ਆਪਣਾ ਪਿੰਡ ਲੋਕੇਸ਼ਨ ਦੱਸ ਦਿਓ ਇੱਕ ਵਾਰੀ, ਕਿਉਂਕਿ ਸੌਖਾ ਹੋ ਜਾਂਦਾ ਫਿਰ। ਪਿੰਡ ਬਾਈ ਜੀ ਆਪਣਾ ਰਾਮਨਗਰ, ਤਹਿਸੀਲ ਮੌੜ, ਜ਼ਿਲ੍ਹਾ ਬਠਿੰਡਾ, ਨੰਬਰ 98558-74587। ਅੱਛਾ ਬਾਈ, ਅੱਜ ਦੋ ਨਾਗ ਆਪਣੇ ਕੋਲ ਸੇਲ ਵਾਸਤੇ, ਹੈਨਾ? ਹਾਂਜੀ ਬਾਈ ਜੀ। ਤੇ ਬਾਈ ਇਹ ਦੋਨੇ ਤਾਜ਼ੇ ਸੂਏ ਜਾਂ ਕਿਵੇਂ ਕੁਛ ਆ? ਇਹ ਤਾਂ ਗੱਭਣ ਹੈ ਜੀ। ਅੱਛਾ, ਆਪਾਂ ਪਹਿਲਾਂ ਇਸੇ ਤੋਂ ਸਟਾਰਟ ਕਰ ਲੈਂਦੇ ਬਾਈ। ਇਹ ਤਾਂ ਲੈਂਦੀ ਹੈ ਜੀ ਹਲੇ 10 ਦਿਨ। ਅੱਛਾ 10 ਦਿਨ ਲਊਗੀ ਬਾਈ। ਆ ਦੇਖੋ ਦੋਸਤੋ, ਮੂੰਹ ਮੱਥਾ ਚੈੱਕ ਕਰ ਲਓ ਤੁਸੀਂ। ਅੱਛਾ ਇਹ 10 ਦਿਨ ਲੈਂਦੀ ਹੈ? ਹਾਂਜੀ ਠੀਕ ਹੈ। ਤੇ ਕੋਈ ਆਪਾਂ ਨੂੰ ਕੋਲੇ ਰਿਕਾਰਡ ਵਗੈਰਾ ਇਹਦਾ ਬਾਈ? ਕੀ ਰਿਕਾਰਡ ਜੀ? ਮਾਲਕਾਂ ਇੱਕ ਥਾਂ ਹੀ ਲੈਤੀਆਂ ਆਪਾਂ ਦੋਨੇ, ਇੱਕ ਘਰੋਂ ਹੀ। ਅੱਛਾ, ਇਹਦਾ ਤਾਂ ਦੱਸਿਆ ਪਹਿਲੇ ਸੂਏ ਦਾ 16-17 ਕਿਲੋ ਦਾ। ਠੀਕ ਹੈ। ਤੇ ਉਹਦਾ ਦੱਸਿਆ ਜੀ 19 ਕਿਲੋ ਦਾ। ਉਹਦਾ 19 ਕਿਲੋ ਦਾ, ਇਹਦਾ 16-17 ਕਿਲੋ ਦਾ। ਮਤਲਬ ਹੁਣ ਇਹ ਕਿਵੇਂ ਸੂਏ ਸੂ? ਹੁਣ ਇਹ ਦੂਜੇ ਸੂਗੀ ਜੀ, ਉਹ ਵੀ ਦੂਜੇ ਸੂਗੀ। ਮਾੜਾ ਖੋਲ ਕੇ ਦਿਖਾ ਦਈਏ ਬਾਈ ਇੱਕ ਵਾਰੀ? ਹਾਂਜੀ। ਲਓ ਵੀ ਦੋਸਤੋ, ਤੁਹਾਨੂੰ ਆਪਾਂ ਵਹਿੜ ਦਿਖਾ ਦਿੰਦੇ ਹਾਂ। ਆ ਦੇਖੋ ਲੇਵੇ ਦੀ ਚੈੱਕ ਕਰ ਲਓ, ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ। ਡੱਬੀ ਵਹਿੜ ਆ ਪੂਰੀ। ਅਤੇ ਜਿਵੇਂ ਬਾਈ ਨੇ ਦੱਸਿਆ ਕਿ 16-17 ਕਿਲੋ ਦੀ ਉਮੀਦ ਜਿਹੜੀ ਹੈਗੀ ਆ ਦੁੱਧ ਦੀ ਪੂਰੀ ਹੈਗੀ ਆ। ਅਤੇ 10 ਕੁ ਦਿਨਾਂ ਦੀ ਬਾਈ ਇਹ ਮਿੱਤਰੋ ਕੱਚੀ ਆ। ਆਹ ਦੇਖ ਸਕਦੇ ਹੋ ਤੁਸੀਂ, ਤੋਰ ਚੈੱਕ ਕਰ ਲਓ। ਲੇਵਾ ਲੂਆ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਬਾਈ। 10 ਦਿਨਾਂ ਦੇ ਵਿੱਚ ਤਾਂ ਪੂਰਾ ਵਧੀਆ ਤਿਆਰ ਕਰ ਲੂ ਲੇਵਾ ਇਹ। ਮੋੜ ਲਾ ਬਾਈ ਹਾਲੇ ਤਾਂ ਜੀ, ਬਾਲ ਘੰਟੇ ਲਾ ਪਈਆਂ ਨੇ ਨਜਾਇਜ਼ ਜਾ ਦੇ। ਹਾਂ, ਸੀਲ ਸੂਲ ਵੀ ਬਹੁਤ ਆ ਬਾਈ, ਠੰਡੀ ਪੂਰੀ। ਹਾਂ ਲਓ ਜੀ, ਲੈ ਵੀ ਮੋੜ ਦੇ ਬਾਈ। ਆਹ ਦੇਖ ਲਓ ਦੋਸਤੋ ਤੁਸੀਂ, ਕੱਦ ਕਾਠ ਚੈੱਕ ਕਰ ਲਓ। ਅਤੇ ਸੋਹਣੀ ਵਹਿੜ ਹੈ, ਵਧੀਆ ਦੁੱਧ ਪਾ ਦੂਗੀ। ਲਓ ਜੀ, ਜੇ ਕਿਸੇ ਵੀਰ ਭਾਈ ਨੂੰ ਬਾਈ ਚਾਹੀਦੀ ਹੋਈ ਆ, ਨੰਬਰ ਦੇ ਰਹੇ ਹਾਂ ਸਕਰੀਨ 'ਤੇ, ਨੰਬਰ 'ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ। ਬਾਈ ਆਪਾਂ ਲਾਸਟ 'ਤੇ ਗੱਲ ਕਰੀਏ ਇਹਦੀ ਡਿਮਾਂਡ ਦੀ, ਹੈ ਨਾ? ਆਪਾਂ ਡਿਮਾਂਡ ਕੀ ਕਰਦੇ ਹਾਂ ਬਾਈ? ਆਪਾਂ ਲੈਣ ਦੇਣ ਜਿਹੜਾ ਮੁੱਲ ਦੱਸੀਏ, ਕਿਉਂਕਿ ਬਹੁਤੇ ਵੀਰ ਭਰਾ ਫਿਰ ਅਗਲਾ ਕਹਿ ਦਿੰਦਾ ਬਾਈ ਰੇਟ ਵਾਲਾ ਆਏ ਆ, ਬੋ ਆ ਜੋ ਆ, ਉਸ ਹਿਸਾਬ ਦੇ ਨਾਲ ਆਪਾਂ ਦੱਸੀਏ। ਰੇਟ ਤਾਂ ਆਪਾਂ ਜਮਾਂ 32 ਕਰਨਾ ਜੀ। ਹਾਂ, ਇਹਦਾ 55,000 ਜੀ। 55,000 ਰੁਪਇਆ ਬਾਈ? ਤੇ ਮਾਨ ਤਾਨ ਬਾਈ? ਮਾਨ ਤਾਨ ਕਰ ਦਿਆਂਗੇ ਜੀ, ਮਾੜਾ ਮੋਟਾ ਬਾਹਲਾ ਨਾ ਮੇਰਾ ਵੀਰ ਕੋਈ, ਆਪਾਂ ਪਹਿਲੀ ਜਾਇਜ਼ ਕਰਦੇ ਹਾਂ। ਪਹਿਲੀ ਜਾਇਜ਼ ਕਰਦੇ ਹਾਂ। ਲੈ ਵੀ ਦੋਸਤੋ, 55,000 ਰੁਪਇਆ ਡਿਮਾਂਡ ਆ, ਤੇ ਵਿੱਚੋਂ ਮਾਨ ਤਾਨ ਵੀ ਹੋ ਜਾਊਗਾ। ਡੱਬੀਆਂ ਮਸੀ ਮਿਲਦੀਆਂ ਜੀ? ਹਾਂ, ਡੱਬੀਆਂ ਵਹਿੜਾਂ ਬਾਈ ਭਾਲ ਭਾਲ ਲਿਆਉਂਦਾ ਹੈਗਾ। ਸਾਡੇ ਏਰੀਏ ਦੇ ਵਿੱਚ ਤਾਂ ਵੈਸੇ ਪਹਿਲੀ ਬਹੁਤ ਘੱਟ ਮਿਲਦੀਆਂ ਨੇ ਬਾਈ, ਦੂਰੋਂ ਲਿਆਉਂਦਾ ਭਾਲ ਭਾਲ ਕੇ। ਤੇ ਇੱਕ ਬਾਈ ਆਹ ਵਹਿੜ ਆਪਣੇ ਕੋਲੇ, ਇਹ ਬਾਈ ਤਾਜ਼ੀ ਸੂਈ ਹੈ? ਇਹ ਬਾਈ ਰਾਤ ਸੂਈ ਹੈ। ਅੱਛਾ, ਰਾਤ ਹੀ ਸੂਈ? ਹਾਂ, ਰਾਤ ਸੂਈ ਹੈ ਇਹ। ਆਹ ਬੱਚਾ ਇਹਦਾ? ਹਾਂ ਬੱਚਾ ਜੀ। ਕੀ ਦਿੱਤਾ? ਬੱਸੀ ਦਿੱਤੀ ਹੈ ਜੀ, ਬਹੁਤ ਚੰਗੀ ਬੱਸੀ ਹੈ। ਬੱਚੀ ਦੇਖ ਲਓ ਦੋਸਤੋ, ਚੈੱਕ ਕਰ ਲਓ, ਖੜੀ ਕਰ ਦਿੰਦੇ ਆਪਾਂ। ਤੇ ਥੋੜ੍ਹੀ ਜਿਹੀ ਬੱਚੇ ਦਾ ਵੱਧ ਕਰਦੀ ਆ ਹਜੇ। ਤੇ ਆਹ ਦੇਖੋ ਬੱਚੀ, ਤੁਸੀਂ ਦੇਖੋ ਬਹੁਤ ਸ਼ੌਕੀਨ ਬੱਚੀ ਆ ਬਾਈ। ਕੱਚਾ ਨਾੜੂ ਹੈ ਜੀ ਨਾਲ। ਹਾਂ, ਆਹ ਦੇਖੋ ਨਾੜੂ ਆ, ਚੈੱਕ ਕਰ ਲਓ ਤੁਸੀਂ, ਠੀਕ ਹੈ? ਤੇ ਬਹੁਤ ਸ਼ੌਕੀਨ ਬੱਚੀ ਆ ਬਾਈ। ਅੱਛਾ, ਇਹਦਾ ਬਾਈ ਕੀ ਕਹਿਮੇ ਸੂਏ ਵਗੈਰਾ ਹੈਗੀ ਆ ਇਹ? ਇਹ ਜੀ ਪਹਿਲੇ ਸੂਏ ਦਾ ਤਾਂ 19 ਕਿਲੋ ਦੁੱਧ ਦੱਸਿਆ ਉਹਨਾਂ ਨੇ, ਪਹਿਲੇ ਸੂਏ ਉਹਨਾਂ ਨੇ ਮਾਲਕਾਂ ਨੇ ਦੱਸਿਆ। ਹਾਂਜੀ, ਲੈ ਵੀ ਦੋਸਤੋ, ਪਹਿਲੇ ਸੂਏ 19 ਕਿਲੋ ਦੁੱਧ ਹੈ। ਤੇ ਹੁਣ ਇਹ ਰਾਤ ਸੂਈ ਆ ਬਾਈ? ਰਾਤ ਸੂਈ ਹੈ ਜੀ, ਆਪਾਂ ਰਾਤ ਵੀ ਬੱਸੀ ਡਗਾਤੀ, ਤੜਕੇ 3-2.5 ਕਿਲੋ ਬੋਲਾ ਜੋ ਆਇਆ ਆਪਾਂ, ਹੁਣ ਖਾਲੀ ਨਹੀਂ ਕੀਤੀ, ਖਾਲੀ ਨਹੀਂ ਕੀਤੀ ਹਜੇ। ਊਂ ਮਤਲਬ ਬੱਸੀ ਨੂੰ ਪੂਰਾ ਫੁੱਲ ਦੁੱਧ ਪਿਆ ਕੇ ਡੱਕੀ ਖੜੀ ਆ, ਡੱਕੀ ਖੜੀ ਆ, ਹੈ ਨਾ? ਲੈ ਬਾਈ ਮਾੜਾ ਜਿਹਾ ਫਿਰ ਖੋਲ ਦੀ, ਖੋਲ ਕੇ ਦਿਖਾਓ ਮਾੜਾ ਜਿਹਾ ਇਹਨੂੰ। ਲੈ ਵੀ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਹਾਂ ਆਪਾਂ, ਅਗਾਂਹ ਇੱਕ ਵਾਰੀ ਤੁਹਾਨੂੰ ਪਤਾ ਲੱਗ ਜੂਗਾ ਤੋੜ ਤੂਰ ਕਿੱਦਾਂ ਦੀ ਆ। ਥੋੜ੍ਹਾ ਜਿਹਾ ਬੱਛੀ ਦਾ ਕਰਦੀ ਆ ਹਜੇ। ਤੇ ਰਾਤ ਹੀ ਬਾਈ ਕਹਿੰਦਾ ਸੂਈ ਆ, ਜੇਰ ਬਾਈ ਇਹਦੀ ਪੈ ਗਈ ਆ, ਜੇਰ ਉਹ ਪਈ ਆ, ਜੇਰ ਉਹ ਸਾਹਮਣੇ ਪਈ ਆ। ਤੇ ਆਹ ਦੇਖੋ ਤੁਹਾਨੂੰ ਆਪਾਂ ਤੋੜ ਤੂਰ ਦਿਖਾ ਦਿੰਦੇ ਬਾਈ, ਲੇਵਾ ਲੂਆ ਬਹੁਤ ਚੰਗਾ ਗਾ। ਤੇ ਹਜੇ ਤਾਂ ਜਮਾਂ ਤਾਜ਼ੀ ਸੂਈ ਹੈ, ਤੇ ਹਜੇ ਤਾਂ ਇਹਨੇ ਦੁੱਧ 'ਤੇ ਆਉਣਾ ਗਾ ਪ੍ਰੋਪਰ, ਠੀਕ ਹੈ? ਤੇ ਚੰਗੀ ਸਾਂਭ ਸੰਭਾਲ ਹੋ ਗਈ ਨਾ ਬਾਈ, ਚੰਗਾ ਬਹੁਤ ਵਧੀਆ ਦੁੱਧ ਪਾ ਜੂਗੀ। ਵਹਿੜ ਉੱਚੀ ਵੀ ਦੇਖੋ ਬਾਈ, ਬਹੁਤ ਕੱਦ ਕਾਠ ਬਹੁਤ ਵਧੀਆ, ਪ੍ਰਿੰਟ ਬਹੁਤ ਸੋਹਣਾ ਬਾਈ, ਲੇਵਾ ਬਹੁਤ ਸੋਹਣਾ ਗਾ। ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਬਾਈ ਚੈੱਕ ਕਰਕੇ ਪ੍ਰੋਪਰ, ਅਤੇ ਚਾਹੇ ਤੁਸੀਂ 2 ਡੰਗ ਚੋ ਕੇ ਇਹਨੂੰ ਚੈੱਕ ਕਰਕੇ ਲਿਜਾ ਸਕਦੇ ਹੋ, ਠੀਕ ਹੈ ਜੀ? ਕੋਈ ਆਪਦੀ ਪ੍ਰੋਪਰ ਤਸੱਲੀ ਕਰਕੇ ਲੈ ਕੇ ਜਾਣੀ ਆ, ਅਤੇ ਵੀ ਬਾਈ ਸਾਨੂੰ ਸਹੀ ਆ। ਲੇਵਾ ਦੇਖੋ ਤੁਸੀਂ ਕਿੰਨਾ ਬਾਹਰ ਨੂੰ ਆ ਬਾਈ, ਬਹੁਤ ਸੋਹਣਾ ਲੇਵਾ ਤਿਆਰ ਕਰੂਗੀ ਬਾਈ ਹਜੇ ਤਾਂ ਇਹ, ਕਿਉਂਕਿ ਸੂਣ ਤੋਂ ਬਾਅਦ ਵੀ ਕੁਛ ਪਰਸੈਂਟ ਆ ਜਿਹੜਾ ਲੇਵਾ ਉਹ ਪਸ਼ੂ ਤਿਆਰ ਕਰਦਾ ਗਾ। ਅਤੇ ਇਹਦੀ ਬਾਈ ਕੀ ਡਿਮਾਂਡ ਰੱਖੀ ਆਪਾਂ? ਇਹਦਾ 57,000 ਜੀ। 57,000? ਅਤੇ ਮਾਨ ਤਾਣੇ 'ਚੋਂ ਵੀ ਹੋਜੂ ਬਾਈ? ਹੋ ਜੂਗਾ ਜੀ ਮੈਡਮ, ਮਾਨ ਤਾਣ ਵੀ ਹੋਜੂ। ਦੋਸਤੋ 57,000 ਰੁਪਇਆ ਰੇਟ ਰੱਖਿਆ ਹੋਇਆ ਗਾ, ਅਤੇ ਇਹਦਾ ਬਾਈ ਆਪਾਂ 55 ਰੱਖਿਆ ਸੀ, ਹੈ ਨਾ? ਹਾਂਜੀ। ਅਤੇ ਦੋਨੇ ਵਹਿੜਾਂ ਸੇਲ ਹੈ,
ਤੇ ਜੇ ਬਾਈ ਕਿਸੇ ਨੇ ਦੋਨੇ ਜੋੜਾ ਹੀ ਲੈਣਾ ਹੋਵੇ ਇਕੱਠਾ ਲੈਣਾ ਹੋਵੇ ਫਿਰ ਕੋਈ ਮਾਨ ਤਾਨ ਥੋੜਾ ਜਿਹਾ ਕਰ ਦਾਂਗੇ ਕਰ ਦਾਂਗੇ ਹਾਂ ਤੁਸੀਂ ਕੰਨ ਦੇਖੋ ਜੀ ਜਮਨ ਨਿਕੇ ਨਿਕੇ ਹਾਂ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਬਾਈ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਕਰਦੀ ਹੈ ਹਲੇ ਕੱਦ ਕਾਠ ਬਹੁਤ ਆ ਵੱਡੀ ਬੈੜ ਹੈ ਲੈ ਵੀ ਦੋਸਤੋ ਆ ਨੰਬਰ ਲੈ ਲਈਏ ਆਪਾਂ ਪੂਰੇ ਕਰ ਗਈ ਕਲੇ ਹਾਂ ਨਹੀਂ ਹਲੇ ਕਰੇ ਨਹੀਂ ਪੂਰੇ ਬਾਈ ਅੱਛਾ 6 ਦੰਦੀ ਆ ਦੀ 6 ਦੰਦੀ ਆ ਨਾ ਲੈ ਵੀ ਦੋਸਤੋ ਆ ਦੇਖੋ ਬਾਈ ਤੁਸੀਂ ਚੈੱਕ ਕਰ ਲਓ ਤੇ ਜੇ ਕਿਸੇ ਵੀਰ ਭਰਾ ਨੂੰ ਬਾਈ ਚਾਹੀਦੀ ਹੋਈ ਪਿੰਡ ਰਾਮਨਗਰ ਆ तहसील मौड़ मंडी आते जिला बठिंडा नंबर दे रहा नंबर दे उपर फोन करके तुसी बाई तो होर डिटेल ले लियो दो डंग गांव तुसी चोके देख लियो चबाई चबूई दी पूरी ओके है जी हाँ सील बहुत है ना भाई सील सूल दी कोई दिक्कत नहीं कोई है मैं कहा जमे नहीं जी ठीक है और आई बहुत सील ठंडी है आ भी बहुत सील ठंडी है ठीक है लै बई सारे का धन्यवाद बई थैंक यू शुक्रिया वीडियो उन्हां दोस्तों तक जरूर पहुँचा दिओ जिन्हां नूं लोड़ आ गावां खरीदनियां चाहुंदे आ धन्यवाद बई शुक्रिया श्री गांधी।